ਰਾਮ ਸਰੂਪਨ ਖੀ ਦੀ ਕਹਾਣੀ ਨੰਦ ਪਰਚਾਈ ਨੰਦ ਪਰਚਾਈ ਦੋਵੇਂ ਦੁਖੀ ਸਨ ਸੀਤੋ 30 ਸਾਲਾਂ ਦੀ ਹੋ ਚੁੱਕੀ ਸੀ ਹਾਲੇ ਤੱਕ ਉਹਦਾ ਕਿਦਰੇ ਮੰਗਣਾ ਵਿਆਹ ਨਹੀਂ ਹੋਇਆ ਸੀ ਉਹ ਪਿੰਡ ਦੇ ਮੁੰਡਿਆਂ ਤੋਂ ਖਰਾਬ ਵੀ ਹੋ ਚੁੱਕੀ ਸੀ ਮਾਂ ਬਾਪ ਨਹੀਂ ਸੀ ਭਰਾ ਉਹਦੀ ਸਾਰ ਨਾ ਲੈਂਦਾ ਨਾ ਕੋਈ ਰਿਸ਼ਤੇਦਾਰ ਉਹਦੇ ਬਾਰੇ ਸੋਚਦਾ ਮਾਮਿਆਂ ਨੂੰ ਵੀ ਕੋਈ ਫਿਕਰ ਨਹੀਂ ਸੀ ਭਰਾ ਨੂੰ ਭੁੱਖੇ ਹੀ ਖਾਣ ਦਾ ਅਮਲ ਸੀ ਜ਼ਮੀਨ ਥੋੜੀ ਸੀ ਉਹ ਆਪ ਵਾਈ ਨਹੀਂ ਕਰਦਾ ਸੀ ਇਸੇ ਤੇ ਦੇ ਕੇ ਰੱਖਦਾ ਤੇ ਘਰ ਦਾ ਮਸਾਂ ਹੀ guzara ਹੁੰਦਾ ਸੀਤੋ ਨੂੰ ਘਰ ਚਾਹੀਦਾ ਸੀ ਉਹਦਾ ਆਪਣਾ ਘਰ ਪਿੰਡ ਦੇ ਮੁੰਡੇ ਤਾਂ ਆਪਣੀ ਹਵਸ ਪੂਰੀ ਕਰਦੇ ਤੇ ਉਹਦੇ ਹੱਥ ਕੁਝ ਰੁਪਏ ਫੜਾ ਜਾਂਦੇ ਇਹ ਸਭ ਉਹਨੂੰ ਪਸੰਦ ਨਹੀਂ ਸੀ ਪਰ ਉਹ ਮਜਬੂਰ ਸੀ ਸਭ ਕਰਦੀ ਸਭ ਚੱਲਦੀ ਉਹਦੀਆਂ ਆਪਣੀਆਂ ਜ਼ਰੂਰਤਾਂ ਵੀ ਸਨ ਕਿੱਥੋਂ ਪੂਰੀਆਂ ਕਰਦੀ ਉਹ ਇਹ ਜ਼ਰੂਰਤਾਂ ਤੰਟਾ ਕਰਨ ਨੂੰ ਕੱਪੜੇ ਚਾਹੀਦੇ ਸੀ ਪੈਰਾਂ ਨੂੰ ਜੁੱਤੇ ਦੀ ਲੋੜ ਸੀ ਤੇ ਫਿਰ ਹਾਰ ਸ਼ਿੰਗਾਰ ਦਾ ਸਮਾਨ ਵੀ ਮੁੱਲ ਮਿਲਦਾ ਭਰਾ ਸਭ ਦੇਖਦਾ ਪਰ ਅੱਖਾਂ ਮੀਟ ਛੱਡਦਾ ਉਹਨੂੰ ਚੜੀ ਲੱਥੀ ਦੀ ਕੋਈ ਸਮਝ ਨਹੀਂ ਸੀ ਸੁਖਦੇਵ ਤਾਂ ਡੱਬੇਸ਼ਰਮ ਸੀ ਕਦੇ-ਕਦੇ ਭੁੱਕੀ ਲਿਆਉਣ ਲਈ ਸੀਤੋ ਤੋਂ ਹੀ ਪੈਸੇ ਲੈ ਕੇ ਜਾਂਦਾ ਗੇਲੋ ਨੂੰ ਉਹ ਮਾਰਦਾ ਕੁੱਟਦਾ ਉਹਦੇ ਉੱਤੇ ਐਵੇਂ ਖਿਜਿਆ ਰਹਿੰਦਾ ਚੱਜ ਨਾਲ ਉਹਨੂੰ ਬੁਲਾਉਂਦਾ ਚਲਾਉਂਦਾ ਵੀ ਨਹੀਂ ਸੀ ਮਾੜੀ ਜੀ ਗੱਲ ਉੱਤੇ ਉਹਨੂੰ ਧੈ ਧੈ ਕੁੱਟ ਸੁੱਟਦਾ ਪਰ ਉਸਕੇ ਪੇਕੀ ਉੱਠ ਜਾਂਦੀ ਪੇਕਿਆਂ ਵਾਲੇ ਐਡੇ ਤਕੜੇ ਨਹੀਂ ਸੀ ਵੀ ਉਹ ਜਵਾਈ ਨੂੰ ਸਮਝਾ ਸਕਦੇ ਦੋਵੇਂ ਸਾਲੇ ਆਏ ਵੀ ਦੋ ਤਿੰਨ ਵਾਰੀ ਉਹਨਾਂ ਸਾਹਮਣੇ ਤਾਂ ਸੁਖਦੇਵ ਸਾਹੂ ਬਣ ਜਾਂਦਾ ਉਹਨਾਂ ਦੀ ਪੂਰੀ ਸੇਵਾ ਕਰਦਾ ਠੰਡੇ ਸੀਲੇ ਕਰਕੇ ਤੋੜ ਦਿੰਦਾ ਆਖਦਾ ਹੁਣ ਗਾਹਾਂ ਤੋਂ ਭੁੱਖੇ ਵੀ ਛੱਡੀ ਗਾਂ ਵਾਲੇ ਆਣ ਗੇਲੂ ਨੂੰ 5 ਦਿਨ ਆਖਣਾ ਸਭ ਬੰਦ ਇਹ ਮੈਨੂੰ ਕੁਝ ਆਖੀ ਜਾਵੇ ਮੈਂ ਨਹੀਂ ਬੋਲਣਾ ਜੇ ਤੁਹਾਨੂੰ ਲਾਂਭਾ ਆ ਗਿਆ ਜੋ ਮਰਜ਼ੀ ਕਰਿਓ ਪਰ ਮਹੀਨੇ ਵੀ ਦਿਨ ਬਾਅਦ ਹੀ ਉਹਦਾ ਫੇਰ ਉਹੀ ਹਾਲ ਉਹਦਾ ਤਾਂ ਨਿੱਤ ਦਾ ਕਟੋਕਲੇਸ਼ ਸੀ ਕੀ ਕਰਦੇ ਭਰਾ ਗੇਲੇ ਨੂੰ ਗੇਲੋ ਨੂੰ ਸਮਝਾਉਣ ਲੱਗਦੇ ਤੂੰ ਭਾਈ ਹਾਰਨਵਾਰ ਕਰ ਘੱਟੀ ਜਾ ਆਪੇ ਸਮਝੂ ਕਦੇ ਇੱਕੋ ਜੇ ਦਿਨ ਸਦਾ ਨਹੀਂ ਰਹਿੰਦੇ ਹੁੰਦੇ ਤੇ ਗੈਲੋ ਕਦੀ ਸੋਚਦੀ ਉਹ ਇਸ ਘਰ ਨੂੰ ਛੱਡ ਦੇਵੇ ਕੋਈ ਹੋਰ ਉਹਨੂੰ ਆਪਣੇ ਘਰ ਵਸਾ ਲਵੇ ਪਰ ਜੇ ਆ ਸੰਭਵ ਨਹੀਂ ਸੀ ਵਿਆਹੇਵਰੇ ਬੰਦੇ ਉਹਦੇ ਨਾਲ ਖੇ ਖਾਂਦੇ ਕੁਆਰੇ ਮੁੰਡੇ ਉਹਦੇ ਚੰਮ ਦੇ ਗਾਹਕ ਸੀ ਉਹਨੂੰ ਘਰ ਵਸਾ ਕੇ ਕਿਸੇ ਨੇ ਕੀ ਕਰਨਾ ਸੀ ਪੁਰਾਣਾ ਵਕਤ ਹੁੰਦਾ ਉਹ ਕਿਸੇ ਛੜੇ ਬੰਦੇ ਦੇ ਘਰ ਜਾ ਬੈਠਦੀ ਛੜਾ ਬੰਦਾ ਪਿੰਡ 'ਚ ਹੁਣ ਕੋਈ ਰਿਹਾ ਨਹੀਂ ਸੀ ਜ਼ਮੀਨ ਚਾਹੇ ਕਿੰਨੀ ਥੋੜੀ ਹੁੰਦੀ ਨਾ ਵੀ ਹੁੰਦੀ ਤਾਂ ਵੀ ਸਾਖ ਸਭ ਨੂੰ ਹੋ ਜਾਂਦਾ ਸੀ ਉਹ ਚਿੱਤ ਚ ਹੱਸਦੀ ਵੀ ਜਦੋਂ ਸੁਖਦੇਵ ਵਰਗਾ ਨਿਕੰਮਾ ਬੰਦਾ ਵਿਆਹ ਗਿਆ ਤਾਂ ਪਿੰਡ ਚ ਹੋਰ ਕੌਣ ਹੈ ਜਿਹਨੂੰ ਸਾਖ ਨਾ ਹੋਇਆ ਹੋਵੇ ਤੇ ਕੁੜੀ ਵਾਲੇ ਮੁੰਡੇ ਦੇ ਕੰਮ ਨੂੰ ਦੇਖਦੇ ਕੀ ਉਹਨਾਂ ਦੀ ਧੀ ਨੂੰ ਰੋਟੀ ਦੇ ਸਕਦਾ ਬਸ ਇੰਨਾ ਹੀ ਕਾਫੀ ਹੁੰਦਾ ਤੇ ਗੇ ਲੋ ਕਿਸੇ ਪਾਸੇ ਦੀ ਵੀ ਨਹੀਂ ਸੀ ਸੁਖਦੇਵ ਦੇ ਡੰਡੇ ਉਹਦੀ ਕਿਸਮਤ ਬਣ ਕੇ ਰਹਿ ਗਈ ਸੁਖਦੇਵ ਭੁੱਖੇ ਖਾਂਦਾ ਨਸ਼ੇ ਚ ਗੜੂੰਦ ਹੋਇਆ ਪਿਆ ਰਹਿੰਦਾ ਪਿਸ਼ਾਵ ਕਰਨ ਮੰਜੇ ਤੋਂ ਉੱਠਦਾ ਬੌਂਦ ਲਿਆ ਜਿਵੇਂ ਕਬਰ ਚੋਂ ਮਰਦਾ ਉੱਠ ਕੇ ਤੁਰ ਪਿਆ ਹੋਵੇ ਨਾਨਦ ਪਰਜਾਈ ਦਾ ਭੇਤ ਸਾਂਝਾ ਸੀ ਉਹ ਰਲ ਮਿਲ ਕੇ ਘਰ ਦਾ ਤੋਰਾ ਤੋੜਦਿਆਂ ਸੀਤੋ ਕੋਲ ਪਿੰਡ ਦਾ ਕੋਈ ਮੁੰਡਾ ਆਉਂਦਾ ਗਿੱਲ ਉਹਨਾਂ ਦੀ ਰਾਖੀ ਕਰਦੀ ਨਵੇਂ ਮੁੰਡੇ ਦੀ ਗੱਲਬਾਤ ਗੇਲੋ ਰਾਈ ਤੈ ਹੁੰਦੀ ਗੇਲੋ ਕੋਲ ਆਇਆ ਬੰਦਾ ਸੀਤੋ ਲਈ ਮਹਿਮਾਨ ਹੁੰਦਾ ਸੁਖਦੇਵ ਲਈ ਨਸ਼ੇ ਦੀ ਕੂਕੀ ਇੱਕ ਸੰਘਣਾ ਹਨੇਰਾ ਸੀ ਇਸ ਹਨੇਰੇ ਚ ਨਾਨਦ ਪਰਜਾਈ ਦਾ ਕਾਰੋਬਾਰ ਚੱਲਦਾ ਹਰੇ ਹਨੇਰਾ ਦੋਵਾਂ ਨੂੰ ਪਸੰਦ ਨਹੀਂ ਸੀ ਸੀਤੋ ਦਾ ਸੁਪਨਾ ਜਾਗਦਾ ਕੋਈ ਉਹਨੂੰ ਲੈ ਜਾਏ ਆਪਣੇ ਘਰ ਵਸਾਏ ਉਹਦੇ ਨਾਲ ਵਿਆਹ ਕਰਵਾ ਲੈ ਕੋਈ ਆਪਣੀ ਸੋਚ ਉਡਾਰੀ ਨਾਲ ਉਹ ਇਕੱਲੀ ਬਹਿ ਕੇ ਗੱਲਾਂ ਕਰਦੀ ਉਹਦੀ ਬਰਾਤ ਕਦੋਂ ਆਏਗੀ ਉਹਦੇ ਵਿਆਹ ਦਾ ਲਾਊਡ ਸਪੀਕਰ ਕਦੋਂ ਵੱਜੇਗਾ ਲਾਊਡ ਸਪੀਕਰ ਵੱਜੇਗਾ ਤਾਂ ਪਿੰਡ 'ਚ ਪਤਾ ਲੱਗੇਗਾ ਵੀ ਸੁਖਦੇਵ ਦੀ ਭੈਣ ਸੀਤੋ ਦਾ ਵਿਆਹ ਹੈ ਗੱਲਾਂ ਹੋਣਗੀਆਂ ਮੁੰਡਾ ਕਿੱਥੋਂ ਟੁੱਕਿਆ ਭਈ ਪਰ ਉਹਦਾ ਸੁਪਨਾ ਲੰਮੀ ਉਡਾਰੀ ਮਾਰ ਕੇ ਕੱਚੀ ਡੋਰ ਦੇ ਟੁੱਟ ਜਾਣ ਵਾਂਗ ਧਰਤੀ ਤੇ ਛੱਪੜ ਕੇ ਬੈਠ ਜਾਂਦਾ ਤੇ ਉਹਦੇ ਧੁਰ ਅੰਦਰੋਂ ਲੰਮੇ ਲੰਮੇ ਹੋ ਕੇ ਨਿਕਲਣ ਲੱਗਦੇ ਕੀ ਬਣਾਵੇ ਉਹ ਆਪਣੇ ਇਸ ਸਰੀਰ ਦਾ ਸੋਨੇ ਜੀ ਦੇ ਕਿਹਦੇ ਲੇਖੇ ਲਾਵੇ ਗੱਲੋ ਲਈ ਸੁਖਦੇਵ ਦੇ ਘਰ ਵਾਲਾ ਤਾਂ ਸੀ ਪਰ ਇਹ ਘਰ ਕਦੋਂ ਘਰ ਗਿਆ ਸੀ ਇਸ ਮਕਾਨ 'ਚ ਤਾਂ ਮਾਸ ਮੁੱਲ ਵਿਕਦਾ ਹਵਸ ਦੀ ਪੂਰਤੀ ਤੱਕੜੀ ਨਾਲ ਤੋਲ ਕੇ ਕੀਤੀ ਜਾਂਦੀ ਵਪਾਰੀ ਸੌਦਾ ਲੈਣ ਆਉਂਦੇ ਉਹ ਸੋਚਦੀ ਕਾਸ਼ ਉਹਦਾ ਕੋਈ ਘਰ ਹੁੰਦਾ ਘਰ ਜਿਆ ਘਰ ਜਿਸ 'ਚ ਉਹਦਾ ਪਤੀ ਸਵੇਰ ਤੋਂ ਸ਼ਾਮ ਤੱਕ ਕਮਾਉਂਦਾ ਮਿੱਟੀ ਨਾਲ ਮਿੱਟੀ ਬਣਿਆ ਰਹਿੰਦਾ ਉਹਨਾਂ ਦੇ ਆਪਣੇ ਬੱਚੇ ਹੁੰਦੇ ਉਹ ਗਲਗਲ ਤੱਕ ਕਬੀਲਦਾਰੀ ਚ ਤਸੀਹ ਰਹਿੰਦੀ ਘਰੇਲੂ ਚਿੰਤਾਵਾਂ ਚ ਜਿਉਂਦੀ ਜਾਗਦੀ ਹੁਣ ਤਾਂ ਇਸ ਘਰ ਚ ਘਰ ਵਰਗੀ ਕੋਈ ਗੱਲ ਨਹੀਂ ਵੰਡਣਾ ਗਵੰਡਣਾ ਨੂੰ ਦੇਖਦੀ ਗਵੰਡੀ ਔਰਤਾਂ ਆਪਣੇ ਬੱਚਿਆਂ ਨੂੰ ਗਾਲਾਂ ਕੱਢਦੀਆਂ ਉੱਚਾ ਉੱਚਾ ਬੋਲਦੀਆਂ ਸਿਰ ਖਪਾਉਂਦੀਆਂ ਘਰ ਵਾਲੇ ਨਾਲ ਕਿਸੇ ਘਰੇਲੂ ਮਸਲੇ ਚ ਦੂਰੋ ਦੂਰੀ ਹੁੰਦੀਆਂ ਉਹਨੂੰ ਚੰਗੀਆਂ ਲੱਗਦੀਆਂ ਗੇਲੋ ਲਈ ਤਾਂ ਲੜਾਈ ਝਗੜੇ ਲਈ ਵੀ ਕੋਈ ਮੈਦਾਨ ਨਹੀਂ ਸੀ ਕਿਹਦੇ ਨਾਲ ਲੜ ਲੜਦੀ ਉਹ ਕਾਦੇ ਪਿੱਛੇ ਲੜਦੀ ਨਾਨਦ ਪਰਜਾਈ ਇੱਕ ਦਿਨ ਅਚਾਨਕ ਨੇੜੇ ਦੇ ਸ਼ਹਿਰ ਆਈਆਂ ਨਾ ਧੋ ਕੇ ਨਵੇਂ ਕੱਪੜੇ ਪਾ ਕੇ ਆਈਆਂ ਸੀ ਜਿਵੇਂ ਵਿਆਹ ਜਾਣਾ ਹੋਵੇ ਦਿਨ ਵੇਲੇ ਤਾਂ ਬਾਜ਼ਾਰ ਦੀਆਂ ਦੁਕਾਨਾਂ ਤੇ ਫਿਰਦੀਆਂ ਤੁਰਦੀਆਂ ਰਹੀਆਂ ਸੂਰਜ ਛਿਪਦੇ ਨੂੰ ਉਹ ਸਟੇਸ਼ਨ ਤੇ ਆ ਬੈਠੀਆਂ ਗੱਡੀ ਮੂੰਹ ਨੇਰੇ ਆਉਂਦੀ ਹੁੰਦੀ ਉਹਨਾਂ ਨੇ ਅੰਬਾਲੇ ਦੀਆਂ ਟਿਕਟਾਂ ਲਈਆਂ ਘਰੋਂ ਮਿੱਠੇ ਧੁਰੀਆਂ ਸੀ ਵੀ ਅੰਬਾਲੇ ਜਾ ਕੇ ਉਹ ਕੰਜਰੀਆਂ ਆਲਾ ਧੰਦਾ ਕਰਨੀ ਆ ਉਹਨਾਂ ਨੇ ਗੱਲਾਂ ਸੁਣੀਆਂ ਹੋਈਆਂ ਸੀ ਉੱਥੇ ਅਜੇ ਅੱਡੇ ਹਨ ਉਹ ਭਾਲ ਲੈਣਗੀਆਂ ਉਹਨਾਂ اڈਿਆਂ ਨੂੰ ਦਲਾਲ ਬੰਦੇ ਖੁਦ ਵੀ ਅਜਿਹੀਆਂ ਔਰਤਾਂ ਦੇ ਇੰਤਜ਼ਾਰ 'ਚ ਰਹਿੰਦੇ ਐ ਪਿੰਡ 'ਚ ਵੀ ਉਹ ਇਹੀ ਧੰਦਾ ਕਰਦੀਆਂ ਸਨ ਸਾਰਾ ਪਿੰਡ ਉਹਨਾਂ ਨੂੰ ਦੇਖਦਾ ਐ ਸਾਰੇ ਪਿੰਡ ਸਾਹਮਣੇ ਉਹਨਾਂ ਨੂੰ ਸਿਰ ਨੀਵਾ ਰੱਖ ਕੇ ਜਿਉਣਾ ਪੈਂਦਾ ਜੇ ਇਹੀ ਕੰਮ ਉਹਨਾਂ ਦੀ ਕਿਸਮਤ 'ਚ ਲਿਖਿਆ ਹੋਇਆ ਤਾਂ ਉਹ ਸ਼ਹਿਰ ਜਾ ਕੇ ਕਰਨੀ ਐ ਉੱਥੇ ਉਹਨਾਂ ਨੂੰ ਹੋਰ ਕੋਈ ਜਾਣਦਾ ਨਹੀਂ ਤੇ ਉਹੀ ਜਾਣਦੇ ਹੋਇਆ ਕਰਨਗੇ ਜਿਹੜੇ ਉਹਨਾਂ ਕੋਲ ਆਇਆ ਕਰਨਗੇ ਕਮਾਉਣਗੀਆਂ ਤੇ ਖਾਣਗੀਆਂ ਮौजਾਂ ਕਰਨਗੀਆਂ ਘਰ ਨਾਲ ਸਹੀ ਚੁਬਾਰਾ ਤਾਂ ਹੋਏਗਾ ਗੱਡੀ ਦੇ ਡੱਬੇ 'ਚ ਉਹਨਾਂ ਦੀ ਸੀਟ ਦੇ ਸਾਹਮਣੇ ਦੋ ਬੰਦੇ ਬੈਠੇ ਸਨ। ਉਹ ਗਾਂਖੇ ਤੋਆਰੇ ਸਨ ਦੇਖਣ ਨੂੰ ਭਲੇ ਮਾਨਸ ਜੇ ਲੱਗਦੇ ਸਨ ਪਰ ਉਹਨਾਂ ਵੱਲ ਲਗਾਤਾਰ ਚੱਕੇ ਜਾ ਰਹੇ ਸਨ। ਦੋ ਕੁ ਸਟੇਸ਼ਨਾਂ ਗਾਂ ਜਾ ਕੇ ਉਹਨਾਂ 'ਚ ਗੱਲਾਂ ਹੋਣ ਲੱਗੀਆਂ। ਕਿੱਥੋਂ ਚੱਲੇ ਹੋ ਕਿੱਥੇ ਜਾ ਰਹੇ ਹੋ ਗੱਲਾਂ ਇੱਕ ਦੂਜੇ ਨੇ ਸੁਣੀਆਂ। ਦੋਵੇਂ ਬੰਦੇ ਪੰਜਾਬ ਦੇ ਨਹੀਂ ਸਨ ਪਰ ਪੰਜਾਬ ਚ ਆਉਂਦੇ ਜਾਂਦੇ ਸਨ। ਉਹਨਾਂ ਦਾ ਕੰਮ ਜਿਹਾ ਹੀ ਕੋਈ ਸੀ। ਸਟੇਸ਼ਨ ਲੰਘਦੇ ਗਏ ਗੱਲਾਂ ਹੋਰ ਹੁੰਦੀਆਂ ਰਹੀਆਂ ਬੰਦਿਆਂ ਨੇ ਭੰਪਿਆ ਉਹ ਦੋਵੇਂ ਜਣੀਆਂ ਅੰਦਰੋਂ ਉਖੜੀਆਂ ਹੋਈਆਂ ਹਨ ਦੋਵਾਂ ਦਾ ਥਾਂ ਟਿਕਾਣਾ ਕੋਈ ਨਹੀਂ ਦੋਵੇਂ ਕਿਸੇ ਥਾਂ ਟਿਕਾਣੇ ਪਹੁੰਚਣਾ ਚਾਹੁੰਦੀਆਂ ਹਨ ਦੋਵਾਂ ਦਾ ਕੋਈ ਥਾਂ ਟਿਕਾਣਾ ਉਹਨਾਂ ਨੂੰ ਢੀਕ ਰਿਆ ਸੀ ਦੋਵਾਂ ਦੀ ਭਾਵਨਾ ਸੀ ਕੋਈ ਉਹਨਾਂ ਨੂੰ ਰੋਟੀ ਕੱਪੜਾ ਦੇ ਸਕਦਾ ਹੋਵੇ ਉਹਨਾਂ ਨੂੰ ਘਰ ਬਸਾਵੇ ਕੋਈ ਵੀ ਹੋਵੇ ਕਿੱਥੋਂ ਦਾ ਹੋਵੇ ਲਖਮੀ RAM ਤੇ ਨਗਾਈ ਲਾਲ ਨੇ ਦਿੱਲੀ ਜਾਣਾ ਸੀ ਪਰ ਉਹ ਅੰਬਾਲੇ ਉਤਰ ਗਏ ਚਾਰਾਂ ਚ ਇੱਕ prosperous ਜੀ ਸਾਹ ਜੈਦਾ ਹੋ ਚੁੱਕੀ ਸੀ ਕਿਸੇ ਨੂੰ ਕਿਸੇ ਦਾ ਕੋਈ ਡਰ ਨਹੀਂ ਸੀ ਕੋਈ ਓਲਾ ਨਹੀਂ ਸੀ ਕੋਈ ਸ਼ੱਕ ਨਹੀਂ ਸੀ ਬੰਦਿਆਂ ਕੋਲ ਕਾਫੀ ਪੈਸੇ ਸਨ ਕਮੀਜ਼ਾਂ ਥੱਲੇ ਪਹਿਨੀਆਂ ਜਾਕਟਾਂ ਦੀਆਂ ਜੇਬਾਂ ਭਰੀਆਂ ਹੋਈਆਂ ਸਨ ਵੱਡੇ ਵੱਡੇ ਨੋਟਾਂ ਦੀਆਂ ਤੀਵੀਆਂ ਨੇ ਉਹਨਾਂ ਦੀਆਂ ਜੇਬਾਂ ਦੇਖੀਆਂ ਇਸੇ ਕਰਕੇ ਜਾਂ ਕਿਸੇ ਹੋਰ ਖੇਚ ਨਾਲ ਉਹ ਦੋਵੇਂ ਉਹਨਾਂ ਦੇ ਮਗਰ ਲੱਗ ਤੁਰੀਆਂ ਸਟੇਸ਼ਨ ਤੋਂ ਬਾਹਰ ਉਹਨਾਂ ਨੇ ਇੱਕ ਹੋਟਲ 'ਚ ਰੋਟੀ ਖਾਧੀ ਰਾਤ ਦੇ 11 ਵੱਜ ਚੁੱਕੇ ਸੀ ਫਿਰ ਉਸੇ ਹੋਟਲ 'ਚ ਕਮਰਾ ਲੈ ਕੇ ਚਾਰਾਂ ਨੇ ਰਾਤ ਕੱਟੀ ਲਕਸ਼ਮੀ ਰਾਮ ਤੇ ਨਗਾਈ ਲਾਲ ਆਪਸ ਚ ਹਿੰਦੀ ਵਰਗੀ ਕੋਈ ਭਾਸ਼ਾ ਬੋਲਦੇ ਉਹਨਾਂ ਲਈ ਪੰਜਾਬੀ ਜੀ ਬੋਲਦੇ ਲਕਸ਼ਮੀ ਰਾਮ ਵੱਡਾ ਸੀ ਤੇ ਉਹਨੇ ਗੇਲੋ ਦੇ ਮੋਢੇ ਤੇ ਹੱਥ ਰੱਖ ਦਿੱਤਾ ਤੇ ਆਖਦਾ ਕਿ ਤੂੰ ਮੇਰੀ ਹੋ ਚੁੱਕੀ ਸਾਫ ਸੀ ਫਿਰ ਨਗਾਈ ਲਾਲ ਦੀ ਵੰਡ ਚ ਸੀਤੋ ਆ ਗਈ ਗੇਲੋ ਦਾ ਰੰਗ ਪਿੱਲੀਆਂ ਇੱਟਾਂ ਜਿਹਾ ਸੀ ਸਰੀ ਢਿਲਕਿਆ ਢਿਲਕਿਆ ਲਕਸ਼ਮੀ ਰਾਮ ਦਾ ਰੰਗ ਗੋਰਾ ਸੀ ਪਰ ਉਹਦਾ ਜੱਸਾ ਜੁੱਸਾ ਤਕੜਾ ਸੀ ਗੇਲੋ ਉਹਦੇ ਨਾਲ ਰਹਿ ਕੇ ਖੁਸ਼ ਸੀ ਉਹਦੇ ਅੰਗਾਂ ਚ ਗੇਲੋ ਨੂੰ ਅਲੋ ਕਾਰਜਾ ਸੁਖ ਮਿਲਿਆ ਸੀ ਤੋ ਰੰਗ ਦੀ ਪੱਕੀ ਸੀ ਸਰੀਰ ਘਠਿਆ ਹੋਇਆ ਨਗਾਹੀ ਲਾਲ ਜਮਾ ਕਾਲਾ ਤੂਸ ਦੋਵੇਂ ਇੱਕ ਦੂਜੇ ਨੂੰ ਚੰਗੇ ਲੱਗੇ ਦੋਵਾਂ ਦੇ ਟਿਕਾਣੇ ਦਿੱਲੀ ਚ ਸਨ ਲਖਮੀ ਹੋਰ ਪਾਸੇ ਰਹਿੰਦਾ ਨਗਾਹੀ ਹੋਰ ਪਾਸੇ ਦਿੱਲੀੋਂ ਬਾਹਰ ਜਾਂਦੇ ਕਿਵੇਂ ਨਾ ਕਿਵੇਂ ਇਕੱਠੇ ਹੋ ਜਾਂਦੇ ਲਖਮੀ ਹੰਡਿਆ ਬੰਦਾ ਸੀ ਕੰਮ ਧੰਦੇ ਚ ਨਗਾਹੀ ਉਹਦਾ ਸ਼ਾਗਿਰਦ ਸੀ ਹੁਣ ਉਹ ਪਤਨੀਆਂ ਨੂੰ ਘਰੀ ਛੱਡ ਕੇ ਪੰਜਾਬ ਚਲੇ ਜਾਂਦੇ ਹਰਿਆਣੇ ਚਲੇ ਜਾਂਦੇ ਰਾਜਸਥਾਨ ਤੇ ਯੂਪੀ ਚ ਚਲੇ ਜਾਂਦੇ ਸੀਤੋ ਤੇ ਗੇਲੋ ਘਰਾਂ 'ਚ ਰਹਿੰਦੀਆਂ ਤੇ ਮौजਾਂ ਕਰਦੀਆਂ। ਉਹਨਾਂ ਲਈ ਖਾਣ ਪੀਣ ਨੂੰ ਖੁੱਲਾ ਸੀ, ਚੰਗੇ ਵਾਵਾ ਮਕਾਨ ਸਨ। ਜਦੋਂ ਦਿੱਲੀ 'ਚ ਹੁੰਦੇ ਤਾਂ ਇੱਕ ਦੂਜੇ ਦੇ ਘਰੀਂ ਵੀ ਜਾਂਦੇ। ਸੀਤੋ ਤੇ ਗੇਲੋ ਸਹੇਲੀਆਂ ਵਾਂਗ ਮਿਲਦੀਆਂ। ਕੱਲੀਆਂ ਬੈਠ ਕੇ ਕਦੇ ਗੱਲਾਂ ਕਰਦੀਆਂ, ਸੁੱਖ ਦੇ ਸਾਹ ਲੈਂਦੀਆਂ। ਗੇਲੋ ਆਖਦੀ ਹੁਣ ਠੀਕ ਆ ਆਪਾਂ। ਇੱਥੇ ਇੱਕ ਦੀਆਂ ਬਣ ਕੇ ਬੈਠੀਆਂ ਹੋਈਆਂ, ਉੱਥੇ ਤਾਂ ਸਾਰਾ ਸਾਰੇ ਪਿੰਡ ਦੀਆਂ ਰੰਨਾ ਸੀ। ਨਹੀਂ ਬਥੇਰਾ ਮੋਹ ਕਰਦੇ ਨੇ ਤਾਂ ਆਪਾਂ ਨੂੰ। ਲਕshmi ਤਾਂ ਮੇਰੇ ਪੈਰਾਂ ਥੱਲੇ ਹੱਥ ਦਿੰਦਾ। ਸੀ ਤੋਂ ਦੱਸਦੀ ਪਿਆਰ ਤਾਂ ਨਗਾਈ ਵੀ ਅੰਤਾਂ ਦਾ ਕਰਦਾ ਐ ਪਰ ਦੇਖਣ ਚ ਚੂੜਾ ਜਿਹਾ ਲੱਗਦਾ ਜੈ ਖਾਣਾ ਹੁਣ ਜਦੋਂ ਇੱਥੇ ਹੁੰਦਾ ਸਾਰੀ ਰਾਤ ਖਹਿੜਾ ਨਹੀਂ ਛੱਡਦਾ ਜਿਵੇਂ ਨਵੀਂ ਮੁਕਲਾਵੇ ਆਈ ਹੋਵਾਂ ਤੇ ਬਾੜਾ ਹੀ ਚਾਹੁੰਦਾ ਭਾਈ ਮੈਨੂੰ ਤਾਂ ਫੇਰ ਜਦੋਂ ਜਾਊ ਦੱਸ ਕੇ ਜਾਊ ਵੀ ਮੈਂ ਇੰਨੇ ਦਿਨਾਂ ਨੂੰ ਨਹੀਂ ਆਉਂਦਾ ਹੁਣ ਤੇ ਨੋਟਾਂ ਦੀ ਮੁਠੀ ਭਰ ਕੇ ਫੜਾ ਦਿੰਦਾ ਆਖਦਾ ਲੈ ਤੰਗੀ ਨਾ ਕੱਟੇ ਦੋਵੇਂ ਚਾਬੜਾਂ ਪਾਉਂਦੀਆਂ ਨਹੀਂ ਆਪਾਂ ਤਾਂ ਸੁਰਗ ਚ ਆ ਗਈਆਂ ਇਦਾਂ ਹੀ 2 ਸਾਲ ਲੰਘ ਗਏ ਫਿਰ ਪੈਸਿਆਂ ਪਿੱਛੇ ਉਹਨਾਂ ਦੀ ਲੜਾਈ ਹੋ ਗਈ ਨਗਾਈ ਕਹਿੰਦਾ ਮੈਨੂੰ ਪੂਰਾ ਹਿੱਸਾ ਨਹੀਂ ਮਿਲਿਆ ਲక్ష్ਮੀ ਦਾ ਜਵਾਬ ਸੀ ਤੇਰਾ ਇੰਨਾ ਹੀ ਬਣਦਾ ਸੀ ਫਿਰ ਉਹ ਆਪਣਾ ਆਪਣਾ ਧੰਦਾ ਕਰਨ ਲੱਗੇ ਇੱਕ ਦੂਜੇ ਨੂੰ ਮਿਲਦੇ ਵੀ ਨਹੀਂ ਸੀ ਉਹਨਾਂ ਦਾ ਮਿਲਣਾ ਬੰਦ ਹੋਇਆ ਤਾਂ ਨਾਲ ਹੀ ਸੀਤੋ ਤੇ ਗੇਲੋ ਵੀ ਮਿਲਣੋਂ ਰਹਿ ਗਈਆਂ ਉਹਨਾਂ ਦੇ ਘਰ ਦਸ-ਦਸ ਮੇਲਾ ਉੱਤੇ ਸੀ ਪਿੰਡੂ ਜਨਾਨੀਆਂ ਉਹਨਾਂ ਨੂੰ ਤਾਂ ਬੱਸਾਂ ਦਾ ਪਤਾ ਨਹੀਂ ਸੀ ਕਿਹੜੀ ਕਿੱਧਰ ਨੂੰ ਜਾਂਦੀ ਹੈ ਦੋਵੇਂ ਡਰਦੀਆਂ ਸੀ ਕਿਦਰੇ ਗਵਾਚੀ ਨਾ ਜਾਣ 6 ਮਹੀਨੇ ਲੰਘ ਗਏ ਉਹ ਕੱਲੀਆਂ ਰਹਿ ਗਈਆਂ ਗੇਲੋ ਲక్ష్ਮੀ ਨੂੰ ਆਕਦੀ ਤੁਸੀਂ ਭਾਵੇਂ ਕਿੰਨਾ ਗੁੱਸੇ ਗਿਲੇ ਰਹੋ ਮੇਰਾ ਤਾਂ ਬੜਾ ਚਿਤ ਕਰਦਾ ਜਾਨੀ ਕੋਈ ਚਿੜੀ ਜਨੌਰ ਬਣ ਕੇ ਸੀ ਤੋ ਨੂੰ ਜਾ ਮਿਲਾਂ ਮੈਨੂੰ ਇੱਕ ਵਾਰੀ ਤਾਂ ਮਲਾ ਦੇ ਉਹਨੂੰ ਪਤਾ ਨਹੀਂ ਵਿਚਾਰੀ ਦਾ ਕੀ ਹਾਲ ਹੋਊਗਾ ਤੇ ਫਿਰ ਲਖਮੀਆਂ ਨੂੰ ਲੈ ਕੇ ਗਿਆ ਮਕਾਨ ਨੂੰ ਜੰਦਰਾ ਲੱਗਿਆ ਸੀ ਇੱਧਰ ਉੱਧਰ ਗਵਾਂਡੀਆਂ ਤੋਂ ਪੁੱਛਿਆ ਏਡੇ ਵੱਡੇ ਸ਼ਹਿਰ ਚ ਗਵਾਂਡ ਨਾਂ ਦੀ ਕੋਈ ਚੀਜ਼ ਨਹੀਂ ਸੀ ਇੱਕ ਜਨਾਨੀ ਨੇ ਐਨਾ ਦੱਸਿਆ ਭਾਈ ਅਸੀਂ ਤਾਂ ਕਦੇ ਦਰਵਾਜ਼ਾ ਖੁੱਲਾ ਨਹੀਂ ਦੇਖਿਆ ਇੱਕ ਮਹੀਨੇ ਤੋਂ ਨਾਉ ਤੀਮੀ ਦੇਖੀ ਹੈ ਅੱਗੇ ਤਾਂ ਬਾਹਰ ਚ ਖੜੀ ਕੇ ਤੇ ਦਿਖ ਜਾਂਦੀ ਸੀ ਲੱਗਦਾ ਮਕਾਨ ਛੱਡ ਗਿਓ ਤੇ ਉਧਰ ਪਿੰਡ ਚ ਸੁਖਦੇਵ ਦਾ ਬੁਰਾ ਹਾਲ ਸੀ ਉਹਨੂੰ ਭੈਣ ਤੇ ਬਹੂ ਦਾ ਵੱਡਾ ਮਹਿਣਾ ਸੀ ਉਹਨੂੰ ਕੋਈ ਕੁਝ ਆਖਦਾ ਤਾਂ ਉਹ ਕੰਨ ਬੰਦ ਕਰ ਲੈਂਦਾ ਅਗਲੇ ਦੀ ਗੱਲ ਸੁਣਦਾ ਹੀ ਨਹੀਂ ਸੀ ਉਹਨੂੰ ਵੱਡਾ ਫਿਕਰ ਸੀ ਤਾਂ ਰੋਟੀ ਦਾ ਸੀ ਭੁੱਖਾ ਰਹਿ ਰਹਿ ਜਦੋਂ ਉਹਦੀ ਕੋਈ ਪੇਸ਼ ਨਾ ਗਈ ਤਾਂ ਗੁਰਦੁਆਰੇ ਜਾ ਬੈਠਾ ਘਰ ਨੂੰ ਜੰਦਰਾ ਲਾ ਰੱਖਦਾ ਘਰ ਚ ਜੰਦਰਾ ਲਾਣ ਨੂੰ ਸੀ ਵੀ ਕੀ ਘਰ ਚ ਤਾਂ ਉਹ ਸਿਰਫ ਰਾਤ ਕੱਟਣਾ ਹੁੰਦਾ ਪੁੱਕੇ ਦੇ ਨਸ਼ੇ 'ਚ ਉਹਨੂੰ ਕੋਈ ਅਹਿਸਾਸ ਨਹੀਂ ਰਹਿ ਜਾਂਦਾ ਸੀ ਕਿ ਘਰ ਬਹੂ ਬਗੈਰ ਖਾਲੀ ਹੈ ਇੱਥੇ ਕਿਤੇ ਉਹਦੀ ਮਾਂ ਜਾਈ ਭੈਣ ਬੈਠੀ ਹੁੰਦੀ ਗੁਰਦੁਆਰੇ ਉਹਨੂੰ ਤੜਕੇ ਤੜਕੇ ਵੇਸਣੀ ਰੋਟੀ ਖਾਣ ਨੂੰ ਮਿਲਦੀ ਚਾਹ ਦੀ ਬਾਟੀ ਹੁੰਦੀ ਦੁਪਹਿਰ ਵੇਲੇ ਭਾਂਤ ਭਾਂਦੀਆਂ ਰੋਟੀਆਂ ਪਿੰਡ 'ਚ ਪ੍ਰਸ਼ਾਦੇ ਆਉਂਦੇ ਸੀ ਦਾਲਾਂ ਸਬਜ਼ੀਆਂ ਆਉਂਦੀਆਂ ਸੀ ਦੁਪਹਿਰ ਤੋਂ ਪਿਛਲੇ ਪਿਆਰ ਤੱਕ ਲੰਗਰ ਵਰਤਦਾ ਰਹਿੰਦਾ ਰਾਹੀ ਪਾਂਧੀ ਬੁੜੇ ਠੇਰੇ ਜਿਨ੍ਹਾਂ ਦੇ ਘਰ 'ਚ ਕੋਈ ਪੁੱਛ ਦੱਸ ਨਾ ਹੁੰਦੀ ਪ੍ਰਸ਼ਾਦਾ ਚੱਕਦੇ ਸੁਖਦੇਵ ਇਹਨਾਂ ਸਭ 'ਚ ਸ਼ਾਮਲ ਸੀ 8 ਵਜੇ ਗੁਰਦੁਆਰੇ ਚ ਲੰਗਰ ਪੱਕਦਾ 8 ਵੀ ਉਹਨੂੰ ਪ੍ਰਸ਼ਾਦਾ ਮਿਲ ਜਾਂਦਾ ਗੁਰੂ ਦਾ ਘਰ ਸੀ ਉੱਥੇ ਤੱਕ ਕਿਸੇ ਨੂੰ ਇਨਕਾਰ ਹੀ ਨਹੀਂ ਸੀ ਸੁਖਦੇਵ ਭੁੱਕੀ ਖਾ ਕੇ ਮਸਤ ਹੋਇਆ ਇੱਕ ਟੁੱਟੀ ਜੀ ਮੰਜੀ ਚ ਲੰਮਕਿਆ ਪਿਆ ਰਹਿੰਦਾ ਉੱਠ ਕੇ ਤੁਰਦਾ ਜਿਵੇਂ ਕਈ ਵਰਿਆਂ ਦਾ ਬਿਮਾਰ ਹੋਵੇ ਖੰਗ ਦਾ ਥੁੱਕਦਾ ਵੀ ਤੇ ਖੰਗੂਰਾ ਮਾਰਦਾ ਕੁੱਲ ਦੁਨੀਆ ਉਹਦੀ ਵੈਰੀ ਸੀ ਗੁਰਦੁਆਰੇ ਚ ਬੈਠੇ ਬਜ਼ੁਰਗ ਬੰਦੇ ਉਹਨੂੰ ਸੁਣਾ ਕੇ ਆਖਦੇ ਰੰਨ ਨਹੀਂ ਕੰਨ ਨਹੀਂ ਮੋਜਾਂ ਮਾਰਦਾ ਬਈ ਸਰਦਾਰ ਸੁਖਦੇਵ ਸਿੰਘ ਹੋਰ ਕੋਈ ਮਿਲਦਾ ਇਨੂੰ ਸ਼ਰਮ ਤਾਂ ਭੋਰਾ ਨਹੀਂ ਕਿਸੇ ਗੱਲ ਦੀ ਭੈਣ ਕਿਧਰੇ ਤੁਰ ਗਈ ਬਹੂ ਕਿਧਰੇ ਤੁਰ ਗਈ ਇਹਨੇ ਪਿੰਡ ਨੂੰ ਦਾਗ ਲਵਾਤਾ ਹੁਣ ਆ ਫਿਰਦਾ ਠੇਕੇ ਪੰਦਾ ਤੇ ਚੰਗਾ ਭਲਾ ਜਵਾਨ ਹੈ ਜ਼ਮੀਨ ਦੇ ਦੌਰ ਵੀ ਔਰੇ ਵੀ ਹੈਗੇ ਕੋਲ ਕਮੂਤ ਤੁੱਤੀ ਵੀ ਨਹੀਂ ਸੰਭੀ ਗਈ ਤੀਵੀ ਤਾਂ ਚੱਲ ਬਗਾਨੀ ਧੀ ਸੀ ਹੋਰ ਕੀ ਕਰਦੀ ਉਹ ਤਾਂ ਨਕਮਾ ਇਹ ਤਾਂ ਨਕਮਾ ਸੀ ਭੈਣ ਦਾ ਨਹੀਂ ਸੋਚਿਆ ਕੁਝ ਪੱਟੇ ਵੇ ਨਹੀਂ ਉਹ ਭਾਈ ਕੁੜੀ ਤੇ ਬਹੂ ਦੇ ਚਾਲੇ ਮਾੜੇ ਸੀ ਇਹਦੇ ਕੀ ਬਸ ਸੀ ਇਹਦੇ ਕਰਕੇ ਉਹਨਾਂ ਦਾ ਪਿਆਰ ਘਰੋਂ ਬਾਹਰ ਹੋਇਆ ਇਹ ਚੱਜਦਾ ਹੁੰਦਾ ਤਾਂ ਭੈਣ ਨੂੰ ਵੀ ਚਾਰ ਪਮਾਲੀਆਂ ਦਿੱਤੀਆਂ ਜਾਂਦੀਆਂ ਤੀਵੀਂ ਵੀ ਵਸੀ ਰਹਿੰਦੀ ਇਹ ਤਾਂ ਆ ਫਿਰਦਾ ਹੁਣ ਪਾਂ ਵਾਲੇ ਕੁੱਤੇ ਨੂੰ ਜਾਨ ਜੀ ਬਚਾਉਂਦਾ ਸੁਖਦੇਵ ਬੋਲਾ ਨਹੀਂ ਸੀ ਉਹਦੇ ਕੰਨਾਂ 'ਚ ਸਭ ਦੀਆਂ ਗੱਲਾਂ ਪੈਂਦੀਆਂ ਪਰ ਉਹ ਅਣ ਸੁਣੀਆਂ ਕਰ ਛੱਡਦਾ ਉਹ ਸਮਝਦਾ ਲੋਕ ਤਾਂ ਕੁੱਤੇ ਐ ਭੌਂਕੀ ਜਾਂਦੇ ਇੱਕ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਪੁਲਿਸ ਦੇ ਚਾਰ ਸਿਪਾਹੀ ਤੇ ਥਾਣੇਦਾਰ ਲక్ష్ਮੀ ਦੇ ਘਰ ਅੱਗੇ ਆ ਖੜੇ ਦਰਵਾਜ਼ਾ ਖੜਕਾਇਆ ਲక్ష్ਮੀ ਘਾਰੇ ਸੀ ਗਿੱਲੋ ਦੀ ਪਤਨੀ ਵੀ ਪੁਲਿਸ ਦੇਖ ਕੇ ਘਬਰਾ ਗਏ ਕਿਉਂ ਆਈ ਇਹ ਪੁਲਿਸ ਫਿਰ ਤਾਂ ਹੋਰ ਵੀ ਘਬਰਾਟ ਹੋਈ ਜਦ ਉਹਨਾਂ ਨੇ ਦੇਖਿਆ ਪੁਲਿਸ ਵਾਲੇ ਸੀਤੂ ਨੂੰ ਨਾਲ ਲੈ ਕੇ ਆਏ ਸਿਪਾਈਆਂ ਨੇ ਮਕਾਨ ਅੰਦਰ ਵੜਦੇ ਹੀ ਲਖਮੀ ਨੂੰ ਕਾਬੂ ਕਰ ਲਿਆ ਪਹਿਲਾਂ ਤਾਂ ਉਹਨੇ ਸ਼ੱਕ ਕੀਤਾ ਵੀ ਇਹ ਬਾਣਾ ਨਗਾਈ ਦੇ ਪੈਰੋਂ ਬੀਤਿਆ ਪਰ ਫਿਰ ਉਹ ਸੋਚਣ ਲੱਗਾ ਸੀਤੂ ਕਿਉਂ ਨਾਲ ਆਈ ਹੈ ਸੀਤੂ ਜੇ ਆਹ ਪੜਾ ਕੰਮ ਨਹੀਂ ਕਰਵਾ ਸਕਦੀ ਸੀਤੂ ਤਾਂ ਉਹਨਾਂ ਦੀ ਆਪਣੀ ਹੈ ਫਿਰ ਉਹਨੇ ਫਿਕਰ ਕੀਤਾ ਵੀ ਜੇ ਸੀਤੂ ਹੈ ਤਾਂ ਨਗਾਈ ਕਿੱਥੇ ਹੈ ਉਹਦੀ ਸਮਝ 'ਚ ਕੁਝ ਵੀ ਨਹੀਂ ਆ ਰਿਹਾ ਸੀ ਪੁਲਿਸ ਵਾਲੇ ਉਹਨੂੰ ਹੁਣ ਉਹਨਾਂ ਦੇ ਨਾਲ ਥਾਣੇ ਜਾਣ ਲਈ ਆਖ ਰਹੇ ਸੀ। ਉਹ ਗੇਲੋਂ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਸੀ। ਸੀਤੋ ਚੁੱਪ ਖੜੀ ਸੀ ਕੁਝ ਨਹੀਂ ਬੋਲ ਰਹੀ ਸੀ। ਉਹ ਮੂੰਹ ਖੋਲਣ ਲੱਗਦੀ ਸਿਪਾਈ ਉਹਨੂੰ ਝਟਕ ਦਿੰਦਾ। ਗੱਲ ਇਹ ਸੀ ਵੀ ਨਗਾਹੀ ਆਪਣੇ ਘਰ ਉੱਪਰਿਆਂ ਬੰਦਿਆਂ ਨੂੰ ਲਿਆਉਣ ਲੱਗਿਆ ਸੀ। ਸੀਤੋ ਉਹਨੂੰ ਮਨਾ ਕਰਦੀ ਪਰ ਉਹ ਹਟਦਾ ਨਹੀਂ ਸੀ। ਉਹ ਸ਼ਰਾਬ ਪੀਂਦੇ ਸੀ ਤੋ ਉਹਨੂੰ ਵੀ ਖਰਾਬ ਕਰਦੇ। ਅਖੀਰ ਇੱਕ ਦਿਨ ਨਗਾਹੀ ਘਰ ਨਹੀਂ ਆਇਆ। 2 ਦਿਨ 4 ਦਿਨ ਉਹ ਤਾਂ ਹਫਤਾ ਨਹੀਂ ਮੁੜਿਆ ਕਿਧਰੋਂ। ਘਰ ਚ ਨਗਾਈ ਦਾ ਮਿੱਤਰ ਸੀ ਤੇ ਜਦੋਂ ਸੀਤੋ ਨਗਾਈ ਨੂੰ ਡੀਕ ਡੀਕ ਥੱਕ ਗਈ ਤਾਂ ਮਿੱਤਰ ਨੇ ਭਾਂਡਾ ਭੰਤਾ ਦੱਸਿਆ ਵੀ ਉਹ ਹੁਣ ਕਦੇ ਵੀ ਨਹੀਂ ਆਏਗਾ ਉਹ ਹੁਣ ਉਸੇ ਦੀ ਹੈ ਪਰ 2 ਮਹੀਨੇ ਵੀ ਨਹੀਂ ਲੰਘੇ ਕਿ ਇੱਕ ਬੰਦਾ ਉੱਥੇ ਹੋਰ ਆਉਣ ਲੱਗਿਆ ਫਿਰ ਉਹ ਉਹਦਾ ਪਤੀ ਬਣ ਬੈਠਾ ਪਤਾ ਉਹਨੂੰ ਉਦੋਂ ਲੱਗਿਆ ਜਦੋਂ ਦੂਜਾ ਬੰਦਾ ਉਹਨੂੰ ਕਿਧਰੇ ਘਰੋਂ ਬਾਹਰ ਲੈ ਕੇ ਜਾਣ ਦੀ ਜਿੱਦ ਕਰਨ ਲੱਗ ਪਿਆ ਉਹ ਸ਼ਰਾਬੀ ਹੋ ਕੇ ਇੱਕ ਰਾਤ ਮੂੰਹੋਂ ਫਟਿਆ ਕਿ ਨਗਾਈ ਨੇ ਉਹਨੂੰ ਆਪਣੇ ਮਿੱਤਰ ਕੋਲ ਵੇਚ ਦਿੱਤਾ ਸੀ ਤੇ ਉਹ ਮਿੱਤਰ ਨੇ ਫੇਰ ਉਹ ਉਹਨੂੰ ਵੇਚ ਦਿੱਤੀ ਹੁਣ ਉਹਦਾ ਮੁੱਲ ਹੁਣ ਉਹਦੀ ਮੁੱਲ ਦੀ ਤੀਵੀ ਹੈ ਉਹਨੂੰ ਵਿਸ਼ਵਾਸ ਦਿਵਾ ਰਿਆ ਸੀ ਕਿ ਉਹ ਉਹਨੂੰ ਕਿਸੇ شریف ਆਦਮੀ ਦੇ ਘਰ ਬਿਠਾਏਗਾ ਆਪ ਤਾਂ ਉਹ ਤੀਵੀਆਂ ਵੇਚਣ ਦਾ ਧੰਦਾ ਕਰਦਾ ਸੀ ਤੋਂ ਉਹਦੀ ਗੱਲ ਮੰਨ ਗਈ ਰੋਂਦੀ ਵੀ ਜਾਂਦੀ ਉਹਦੀਆਂ ਗੱਲਾਂ ਮੰੰਨੀ ਵੀ ਜਾਂਦੀ ਬੰਦੇ ਨੂੰ ਜਦੋਂ ਵਿਸ਼ਵਾਸ ਹੋ ਗਿਆ ਤਾਂ ਉਹਨੂੰ ਇਕੱਲੀ ਛੱਡ ਕੇ ਗਾਹਕ ਲੈਣ ਟੁਰ ਪਿਆ ਕਹਿ ਕੇ ਗਿਆ ਵੀ ਉਹ ਤਿੰਨਾਂ ਦਿਨਾਂ ਨੂੰ ਮੁੜੇਗਾ ਉਹ ਆਪਣਾ ਖਿਆਲ ਰੱਖੇ ਜਮਾਨਾ ਮਾੜਾ ਉਹ ਬੰਦਾ ਘਰੋਂ ਬਾਹਰ ਹੋਇਆ ਉਸੇ ਵੇਲੇ ਮਕਾਨ ਤੋਂ ਥੋੜੀ ਦੂਰ ਪੈਂਦੇ ਰਿਕਸ਼ਾ ਸਟੈਂਡ ਤੇ ਗਈ। ਇੱਕ ਰਿਕਸ਼ੇ ਵਾਲੇ ਨੂੰ ਕਿਹਾ ਵੀ ਉਹਨੂੰ ਥਾਣੇ ਲੈ ਚੱਲੇ। ਰਿਕਸ਼ੇ ਵਾਲੇ ਨੇ 10 ਰੁਪਏ ਮੰਗੇ ਉਹ ਮੰਨ ਗਈ। ਸੀਤੋ ਨੂੰ ਥਾਣੇ ਦਾ ਕੋਈ ਪਤਾ ਨਹੀਂ ਸੀ ਕਿੱਥੇ ਹੈ। ਰਿਕਸ਼ਾ ਚਾਲਕ ਸਮਝਦਾ ਸੀ ਵੀ ਉਹ ਥਾਣੇ ਪਹਿਲਾਂ ਵੀ ਜਾਂਦੀ ਹੋਏਗੀ। ਇਸੇ ਕਰਕੇ ਉਹਨੇ 10 ਰੁਪਏ ਦੇਣੇ ਮੰਨੇ ਆ। ਤੇ ਸੀਤੋ ਨੂੰ ਤਸੱਲੀ ਸੀ ਉਹ ਆਪ ਹੀ ਉਹਨੂੰ ਥਾਣੇ ਲੈ ਜਾਏਗਾ। 10 ਰੁਪਏ ਹੋਏ ਕਿ ਘੱਟ ਵੱਧ ਹੋਏ। ਥਾਣੇ 'ਚ ਜਾ ਕੇ ਰੋਣ ਪਿੱਟਣ ਲੱਗੀ। ਆਖਰੀ ਸੀ ਮੈਨੂੰ ਬਚਾ ਲੋ। ਮੈਨੂੰ ਮੇਰੇ ਪਿੰਡ ਭੇਜ ਦਿਓ ਮੇਰੇ ਨਾਲ ਧੋਖਾ ਹੋਇਆ ਪੁਲਿਸ ਕੋਲ ਜਏ ਮਾਮਲੇ ਆਉਂਦੇ ਹੀ ਰਹਿੰਦੇ ਆ ਉਹ ਹੈਰਾਨ ਨਹੀਂ ਹੋਏ ਕੋਲ ਬਿਠਾ ਕੇ ਉਹਨੂੰ ਪਹਿਲਾਂ ਤਾਂ ਦਲਾਸਾ ਦਿੱਤਾ ਕਿਹਾ ਤੂੰ ਹੁਣ ਸਾਡੇ ਕੋਲ ਹੈ ਸਾਡੀ ਹਿਫਾਜ਼ਤ ਵਿੱਚ ਤੈਨੂੰ ਕੁਝ ਨਹੀਂ ਹੋਏਗਾ ਕੋਈ ਤੈਨੂੰ ਕੁਝ ਨਹੀਂ ਕਰ ਸਕਦਾ ਤੂੰ ਆਪਣੇ ਮਾਂ-ਬਾਪ ਕੋਲ ਜਾਏਂਗੀ ਫਿਰ ਉਹਨਾਂ ਨੇ ਉਹ ਤੋਂ ਸਾਰੀ ਵਾਰਤਾ ਸੁਣੀ ਉਹਨੂੰ ਅਜੀਬ ਜਿਬ ਸਵਾਲ ਕਰਦੇ ਰਹੇ ਉਹ ਫਿਰ ਸਭ ਕੁਝ ਨੇ ਡਰ ਦੱਸਦੀ ਜਾ ਰਹੀ ਸੀ ਕਈ ਵਾਰ ਰੋਈ ਇੱਕ ਦੋ ਵਾਰ ਹੱਸੀ ਵੀ ਕਦੇ ਉਹਦਾ ਚਿਹਰਾ ਗੁਲਾਬ ਵਾਂਗ ਖੇੜ ਉੱਠਦਾ ਕਦੇ ਅੱਖਾਂ 'ਚ ਘੋਰ ਉਦਾਸੀ ਹੁੰਦੀ। ਉਹਨੇ ਦੱਸਿਆ ਸੀ ਕਿ ਦਿੱਲੀ 'ਚ ਨਗਾਈ ਲਾਲ ਦਾ ਸਾਥੀ ਲਖਮੀ RAM ਰੰਦ ਉਹਦੇ ਕੋਲ ਉਹਦੀ ਪਰਜਾਈ ਗੇਲੋ ਐ। ਉਹ ਦੋਵੇਂ ਉਹਨਾਂ ਨੂੰ ਲਾਰਾ ਲਾ ਕੇ ਦਿੱਲੀ ਲੈ ਆਏ। ਮੇਰੇ ਨਾਲ ਤਾਂ ਹਾਲ ਹੋ ਰਿਹਾ ਤੇ ਮੇਰੀ ਪਰਜਾਈ ਗੇਲੋ ਦੀ ਪਤਾ ਨਹੀਂ ਕੀ ਹਾਲਤ ਐ। ਗੇਲੋ ਸੀਤੋ ਦੇ ਪੁਲਿਸ ਵਾਲ ਸੀਤੋ ਤੇ ਪੁਲਿਸ ਵਾਲ ਕੋੜ-ਕੋੜ ਝਾਕਦੀ। ਪੁਲਿਸ ਵਾਲੇ ਉਹਨੂੰ ਜੋ ਵੀ ਪੁੱਛਦੇ ਉਹ ਦੱਸਦੀ ਨਹੀਂ ਸੀ। ਫਟੀਆਂ-ਫਟੀਆਂ ਨਿਗਾਹਾਂ ਨਾਲ ਬਸ ਝਾਕਦੀ। ਆਪਣੇ ਪੇਟ ਵੱਲ ਝਾਕਦੀ ਤਾਂ ਅੱਖਾਂ ਪਰ ਲੈਂਦੀ। ਲక్ష్ਮੀ ਨੇ ਦੱਸਿਆ ਕਿ ਉਹ ਦੋਵੇਂ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਨਾਲ ਪੰਜਾਬ ਤੋਂ ਲੈ ਕੇ ਆਏ। ਨਗਾਹੀ ਨਾਲ ਉਹਦਾ ਕੋਈ ਸਬੰਧ ਨਹੀਂ। 나ਹੀਂ ਹੁਣ ਉਹ ਦੇ ਬਾਰੇ ਬਹੁਤ ਕੁਝ ਜਾਣਦਾ ਹੈ। ਗੇਲੂ ਆਪਣੀ ਮਰਜ਼ੀ ਨਾਲ ਉਹਦੇ ਘਰ ਰਹਿ ਰਹੀ ਹੈ। ਇਹ ਵੀ ਦੱਸਿਆ ਵੀ ਉਹ ਦੂਰ ਪਿੰਡਾਂ ਸ਼ਹਿਰਾਂ 'ਚ ਜਾ ਕੇ ਦੇਸੀ ਦਵਾਈਆਂ ਵੇਚਦਾ ਹੈ। ਉਹ شریف ਆਦਮੀ ਆ ਉਹਦੇ ਬਾਰੇ ਉਧਿਹਣ ਗੁਆਣ ਤੋਂ ਪੁੱਛਿਆ ਜਾਵੇ। ਪਰ ਪੁਲਿਸ ਮੰਨੀ ਨਹੀਂ। ਉਹ ਜਾਣਦੇ ਸੀ ਬਦਮਾਸ਼ ਲੋਕ ਸੌ ਤਾਣੇ ਤਣਦੇ ਐ। ਗੱਲਾਂ ਤੇ ਬਹਾਨਿਆਂ ਦੇ ਤਨੇ ਹੁੰਦੇ ਐ। ਉਹਨਾਂ ਨੂੰ ਡਰਾਮੇ ਕਰਨੇ ਆਉਂਦੇ ਐ ਰੋ ਵੀ ਪੈਂਦੇ ਐ ਪਾਗਲ ਬਣ ਕੇ ਹੱਸਣ ਲੱਗਦੇ ਐ ਦਿੱਲੀ ਦੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਵਾਇਰਲੈਸ ਕੀਤੀ ਨਨਦ ਪਰਜਾਈ ਦੇ ਪਿੰਡ ਨੂੰ ਲੱਗਦੇ ਥਾਣੇ ਦੀ ਪੁਲਿਸ ਦੂਜੇ ਦਿਨ ਹੀ ਆ ਧਮਕੀ ਉਹ ਤੇਨਾਂ ਨੂੰ ਫੜ ਕੇ ਪੰਜਾਬ ਲੈ ਗਏ ਲਖਮੀ RAM ਉੱਤੇ ਉਧਾਲੇ ਦਾ ਕੇਸ ਪੈ ਗਿਆ ਉਹਨੂੰ ਸਜ਼ਾ ਹੋਈ ਨਨਦ ਪਰਜਾਈ ਜਦੋਂ ਪਿੰਡ ਛੱਡੀਆਂ ਗਈਆਂ ਉਹਨਾਂ ਦਾ ਉੱਥੇ ਕੋਈ ਨਹੀਂ ਸੀ ਸੁਖਦੇਵ 6 ਮਹੀਨੇ ਪਹਿਲਾਂ ਸਲਫਾਸ ਖਾ ਕੇ ਮਰ ਗਿਆ ਸੀ ਪਿੰਡ ਵਾਲਿਆਂ ਨੇ ਸੀ ਧੋਤੇ ਤਰਸ ਕੀਤਾ ਉਹਨੂੰ ਸੁਖਦੇਵ ਵਾਲੇ ਘਰ ਚ ਬਿਠਾਤਾ ਗੈਲੋਸ ਪਿੰਡ ਨਹੀਂ ਟਿਕੀ ਆਪਣੇ ਪੇਕੇਆਂ ਦੇ ਘਰ ਚਲੀ ਗਈ ਕਹਿੰਦੀ ਸੀ ਕਿ ਉਹ ਲక్ష్ਮੀ ਦਾ ਬੱਚਾ ਜੰਮੇਗੀ ਜਦੋਂ ਜੇਲ੍ਹ ਚੋਂ ਬਾਹਰ ਆਇਆ ਉਹਦੇ ਘਰ ਜਾ ਕੇ ਹੀ ਵਸੇਗੀ ਧੰਨਵਾਦ